بسم اللہ الرحمن الرحیم السلام علیکم دوستو میں ਤੁਹਾਡਾ دوست وحید ਸਰਗਣਾ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ Tractors World جی دوستو ਰੋਜ਼ਾਨਾ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਲੈ ਕੇ حاضر ਹੋਏ ਆਂ ਜਿਸ ਤੋਂ ਵੀ ਤੁਹਾਨੂੰ ਟਰੈਕਟਰ ਵਿਖਾਵਾਂਗੇ Massey Dost 40 model 2000 ਇਸ ਦੀ ਮੁਕੰਮਲ تفصیل دوستاں ਨੂੰ ਸ਼ੇਅਰ ਕਰਾਂਗੇ ਉਸ ਤੋਂ ਪਹਿਲੇ ਅਗਰ ਤੁਸੀਂ ਸਾਡੇ ਚੈਨਲ ਤੋਂ ਨਵੇਂ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੇ ਦਿੱਤੇ ਗਏ ਬੈਲ ਦੇ ਨਿਸ਼ਾਨ ਨੂੰ ਦਬਾ ਲਓ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਮੁਕੰਮਲ ਵੇਖਣਾ ਤਾਂ ਕਿ ਜੋ ਵੀ تفصیل ਹੈ ਟਰੈਕਟਰ ਦੀ ਉਹ ਤੁਹਾਨੂੰ ਮਿਲ ਸਕੇ ਤੇ ਜਿਸ ਤੋਂ ਉਸਨੇ ਆਪਣਾ ਟਰੈਕਟਰ ਸੇਲ ਕਰਨਾ ਹੋਵੇ ਟਰੈਕਟਰ ਦੇ ਮਤਲਬ ਕੋਈ ਉਜ਼ਾਰ ਸੇਲ ਕਰਨਾ ਹੋਵੇ ਸਾਨੂੰ ਫੋਟੋ WhatsApp ਕਰ ਸਕਦਾ ਹੈ ਤਸਵੀਰਾਂ ਭੇਜ ਸਕਦਾ ਹੈ ਸਾਡਾ ਨੰਬਰ ਡਿਸਕ੍ਰਿਪਸ਼ਨ ਵਿੱਚ ਮੌਜੂਦ ਹੈ ਤੇ ਬਾਕੀ ਜਿਹੜਾ ਇਸ ਵੀਡੀਓ ਦੇ ਵਿੱਚ ਲਾ ਨੇ ਮਾਲਕ ਦਾ ਨੰਬਰ ਹੁੰਦਾ ਉਸ ਤੋਂ ਸਬਤਾ ਕਰਕੇ ਗੱਡੀ ਖਰੀਦ ਸਕਦੇ ਹੋ ਤੇ ਲਾਈਕ ਤੇ ਕਮੈਂਟ ਲਾਜ਼ਮੀ ਕਰਨਾ ਇਸ ਨਾਲ ਸਾਡੀ ਹੋਸਲ ਫਜ਼ਾਈ ਹੋ ਜਾਂਦੀ ਤੇ ਆਓ ਦੋਸਤੋ ਤੁਹਾਨੂੰ ਟਰੈਕਟਰ ਦੀ ਮੁਕੰਮਲ تفصیل ਦਿੰਨੇ ਆ ਦੋਸਤੋ ਫਰੰਟ ਲੁੱਕ ਚੈੱਕ ਕਰ ਲਓ ਮਾਸ਼ਾਅੱਲਾ ਬੰਪਰ ਸੋਹਣੀ ਹਾਲਤ ਵਿੱਚ ਲੱਗਿਆ ਆਪਣਾ ਸਾਦਾ ਸਾਦਾ ਬੰਪਰ ਹੈ ਗੱਡੀ ਦਾ ਜੀ ਦੇਖ ਸਕਦੇ ਹੋ ਸੰਗਲ ਵਗੈਰਾ ਲੱਗੇ ਨੇ ਸ਼ੋਅ ਦਾ ਕਲਰ ਚੈੱਕ ਕਰ ਲਓ ਸ਼ੋਅ ਤੁਹਾਡੇ ਸਾਹਮਣੇ ਹੈ ਜੈਨੂਨ オリジナル ਸ਼ੋਅ ਹੈ ਇਸ ਦੀ ਜੀ ਲਾਕ ਵਗੈਰਾ ਠੀਕ ਨੇ ਬਾਕੀ ਲਾਕ ਕਮਾਲ ਕਨੇ ਰੱਖੀ ਸੀ ਜਿਹੜੀ ਵੀ ਕੰਡੀਸ਼ਨ ਹੈ ਤੁਹਾਡੇ ਸਾਹਮਣੇ ਹੈ ਦੋਸਤੋ ਡੀਜ਼ਲ ਪੰਪ ਤੇ ਬਲਾਕ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਦੋਸਤੋ ਤੁਹਾਨੂੰ ਚੈਮਰ ਦਾ ਕਲਰ ਚੇਸੀ ਦਾ ਕਲਰ ਚੈੱਕ ਕਰਾਣਿਆ ਤੁਹਾਨੂੰ ਦੇਖ ਸਕਦੇ ਹੋ ਚੇਸੀ ਦਾ ਕਲਰ ਵੀ ਤੁਹਾਡੇ ਸਾਹਮਣੇ ਹੈ ਦੋਸਤੋ ਪਿਛੇ ਹੰਡੇ ਟਾਪੇ ਦਾ ਰਿਵਿਊ ਚੈੱਕ ਕਰ ਲਓ ਡੈਸ਼ ਬੋਰਡ ਸਟੀਰਿੰਗ ਡਰਾਈਵਰ ਸੀਟ ਬਡਗਾਰ ਸਾਰਾ ਤੁਹਾਡੇ ਸਾਹਮਣੇ ਹੈ ਦੋਸਤੋ ਦੋਸਤੋ ਦੂਸਰਾ ਮਡਗਾੜਾ ਦਾ ਕਲਰ ਟਨ ਚੈੱਕ ਕਰਾ ਰਹੇ ਨੇ ਮਡਗਾੜਾ ਤੁਹਾਡੇ ਸਾਹਮਣੇ ਨੇ ਟਾਇਰ ਜਿਹੜੇ ਨੇ ਗੱਡੀ ਦੇ ਬਿਲਕੁਲ 15 15.5 ਨੇ ਟਾਇਰ ਨੇ ਥੋੜੇ ਬਹੁਤ ਚੱਲੇ ਨੇ ਬਾਕੀ ਟਾਇਰ ਯਾਨੀ ਕਿ ਨਵੇਂ ਪੈ ਨੇ ਤੇ ਵੇਖ ਸਕਦੇ ਹੋ ਸਾਰਾ ਰਿਵਿਊ ਗੱਡੀ ਦਾ ਤੁਹਾਨੂੰ ਚੈੱਕ ਕਰਾ ਰਹੇ ਹਾਂ ਦੋਸਤੋ ਸ਼ੋ ਮਾਸ਼ਾਅੱਲਾ ਅੱਛੀ ਕੰਡੀਸ਼ਨ ਹੈ ਜਾਈ ਰੰਗ ਵਗੈਰਾ ਨਹੀਂ ਹੋਈ ਸ਼ਾਵਰ ਨਹੀਂ ਹੋਈ ਮੈਚ ਨਹੀਂ ਕੀਤਾ ਗਿਆ ਰੰਗ ਕਿਧਰੋਂ ਵੀ ਦੂਸਰੀ ਸਾਈਡ ਤੋਂ ਵੀ ਦੋਸਤੋ ਸਾਰਾ ਤਾਂ ਟਰੈਕਟਰ ਵੀ ਕਰਨੇ ਹੈ ਵੇਖ ਸਕਦੇ ਹੋ ਦੂਸਰੀ ਸਾਈਡ ਤੋਂ ਸ਼ੋ ਦਾ ਪੱਲਾ ਜਾਲੀ ਦਾ ਕਲਰ ਸ਼ੋ ਦਾ ਆਪਣਾ origignal ਕਲਰ ਹੈ ਜੀ ਕੋਈ ਮੈਚ ਨਹੀਂ ਹੋਇਆ ਕੋਈ ਸ਼ਾਵਰ ਨਹੀਂ ਹੋਇਆ ਸ਼ੋ ਚਲੋ ਛੇ ਸੀ ਦਾ ਕਲਰ ਚੈੱਕ ਕਰਾਣੇ ਆ ਦੋਸਤੋ ਤੁਹਾਨੂੰ ਤੁਹਾਡੇ ਸਾਹਮਣੇ ਛੇ ਸੀ ਦਾ ਕਲਰ ਬਾਕੀ ਬਲਾਕ ਬਿਲਕੁਲ ਫਿੱਟ ਹੈ ਪਰ ਕਨ ਇੰਜਨ ਦੇ ਵਿੱਚ ਸਲਫ ਜੈਨੂਆ ਨਾ ਗੱਡੀ ਦਾ ਕਿਸੇ ਕਿਸਮ ਦਾ ਮਸਲਾ ਨਹੀਂ ਤੇ ਵੇਖ ਸਕਦੇ ਹੋ ਸਾਰਾ ਰਿਵਿਊ ਜਨਰੇਟਰ ਵਗੈਰਾ ਸਾਰਾ ਤੁਹਾਨੂੰ ਦੋਸਤਾਂ ਨੂੰ ਰਿਵਿਊ ਚੈੱਕ ਕਰਾ ਰਹੇ ਹਾਂ ਤੁਹਾਡੇ ਸਾਹਮਣੇ ਆ ਪਿਛੇ 100 ਆਪੇ ਦਾ ਕਲਰ ਚੈੱਕ ਕਰ ਲਓ ਹੰਡਾ ਟਾਪਾ ਬਿਲਕੁਲ ਬਿਦਾਗ ਹੈ ਕਿਸੇ ਕਿਸਮ ਦਾ مسئلہ ਨਹੀਂ ਮੜਗਾਡ ਚੈੱਕ ਕਰ ਲੋ ਮੜਗਾਡ ਵੀ ਤੁਹਾਡੇ ਸਾਹਮਣੇ ਨੇ ਟਾਇਰ ਚੈੱਕ ਕਰ ਲੋ ਟਾਇਰ ਤੁਹਾਡੇ ਸਾਹਮਣੇ ਨੇ ਬੈਕ ਸਾਈਡ ਦਾ ਰਿਵਿਊ ਦੋਸਤੋ ਤੁਹਾਨੂੰ ਚੈੱਕ ਕਰਾਣੇ ਹੈ ਬੈਕ ਸਾਈਡ ਵੇਖ ਸਕਦੇ ਹੋ ਟਰੈਕਟਰ ਦੀ ਮਾਸ਼ਾਅੱਲਾ ਬਹੁਤ ਹੀ ਅੱਛੀ ਤੇ ਆਪਣੀ ਪਿਆਰੀ ਕੰਡੀਸ਼ਨ ਜੈਨੂਨ ਦੇ ਵਿੱਚ ਹੈ ਕਿਸੇ ਕਿਸਮ ਦੀ ਕੋਈ ਮੇਨ ਟੋਟ ਪਾਜ ਨਹੀਂ ਹੈ ਕਿਸੇ ਕਿਸਮ ਦੇ ਕੋਈ ਲਕੈਲ ਕਾਬਲੇ ਦੀ ਵੈਲਡਿੰਗ ਨਹੀਂ ਹੈ ਟਾਇਰ ਦੂਸਰਾ ਚੈੱਕ ਕਰ ਸਕਦੇ ਹੋ ਸਾਰੇ ਟਾਇਰਾਂ ਦਾ ਰਿਵਿਊ ਵੀ ਦੋਸਤੋ ਤੁਹਾਨੂੰ ਚੈੱਕ ਕਰਾਇਆ مزید ਤਸਵੀਰਾਂ ਦੇ ਵਿੱਚ ਵੀ ਗੱਡੀ ਦਾ ਰਿਵਿਊ ਤੁਹਾਨੂੰ ਚੈੱਕ ਕਰਾਵਾਂਗੇ ਬਾਕੀ ਡਿਮਾਂਡ ਦੇ ਮناسبਾ ਗੱਡੀ ਵੀ ਸੋਹਣੀ ਹੈ ਇਸ ਦਾ ਮੁਕਮਲ ਜਿਹੜਾ ਕੰਡੀਸ਼ਨ ਉਹ ਸਾਰੀ ਦੋਸਤਾਂ ਨੂੰ ਵਿਖਾਈ ਹੈ ਛੱਤ ਵੀ ਗੱਡੀ ਨ ਲੱਗੀ ਹੈ ਛੱਤ ਵੀ ਦੇਖ ਸਕਦੇ ਹੋ ਛੱਤ ਵੀ ਤੁਹਾਡੇ ਸਾਹਮਣੇ ਡੈਕੋਰੇਸ਼ਨ ਪੱਟੀ ਲੱਗੀ ਹੈ ਸੀਟ ਪਿੱਛੇ ਮਾੜੀ ਜਿਹੀ ਲੱਗੀ ਹੈ ਡੋ ਵਾਲੀ ਤੇ ਬਹੁਤ ਜ਼ਿਆਦਾ ਅੱਛੀ ਸੀਟ ਨਹੀਂ ਹੈ ਛਾਤਾ ਰਿਵਿਊ ਤੁਹਾਨੂੰ ਤਸਵੀਰ ਦੇ ਵੀ ਵਿਖਾ ਦਿੰਨੇ ਆ ਛੱਤ ਮਾਸ਼ਾਅੱਲਾ ਅੱਛੀ ਤੋਂ ਲੋਕ ਕੰਡੀਸ਼ਨ ਹੈ ਸ਼ੋ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਜਿਹੜਾ ਰਿਵਿਊ ਸਾਰਾ ਹੈ ਨਾ ਉਹ ਦੋਸਤੋ ਤੁਹਾਨੂੰ ਚੈੱਕ ਕਰਾ ਰਹੇ ਆ ਤੇ ਬਾਕੀ ਦੋਸਤੋ ਗੱਡੀ ਦੀ ਜਿਹੜੀ ਅੰਦਰ ਦੀ ਕੰਡੀਸ਼ਨ ਹੈ ਉਹ ਵੀ ਦੋਸਤਾਂ ਨਾਲ ਸ਼ੇਅਰ ਕਰਨੇ ਆ ਅੰਦਰ ਦੀ ਕੰਡੀਸ਼ਨ ਵੀ ਗੱਡੀ ਦੀ ਮਾਸ਼ਾਅੱਲਾ ਬਹੁਤ ਹੀ ਅੱਛੀ ਹੈ ਤੇ ਬਾਕੀ ਕਾਫੀ ਦੋਸਤ ਜ਼ਿਆਦਾ ਆਦੇ ਨੇ ਭਈ ਤੁਸੀਂ ਡਿਮਾਂਡ ਜ਼ਿਆਦਾ ਕਰਦੇ ਹੋ ਡਿਮਾਂਡ ਮਾਲਕ ਆਪਣੀ ਮਰਜ਼ੀ ਦੀ ਲੈ万ਦੇ ਨੰਬਰ 'ਤੇ ਮੌਜੂਦ ਹੁੰਦਾ ਅਗਰ ਤੁਹਾਨੂੰ ਪਸੰਦ ਆਇਆ ਟਰੈਕਟਰ ਤਰ੍ਹਾਂਪਤਾ ਕਰੋ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਕਾਫੀ ਦੋਸਤ ਗਲਤ ਗਲਤ ਕਮੈਂਟ ਕਰਦੇ ਨੇ ਬਰਾ ਮਿਹਰਬਾਨੀ ਅਸੀਂ ਆਪਣੇ ਕੋਲ ਡਿਮਾਂਡ ਨਹੀਂ ਲਾਂਦੇ ਮਾਲਕ ਆਪਣੀ ਮਰਜ਼ੀ ਦੀ ਡਿਮਾਂਡ ਜਿਹੜੀ ਲਵਾਉਂਦੇ ਨੇ ਉਹ ਹੀ ਅਸੀਂ ਲਾਣੇ ਆ ਤੇ ਕਾਫੀ ਦੋਸਤ ਯਾਨੀ ਕਿ ਨਾ ਕਮੈਂਟ ਚ ਗਲਤ ਯਾਨੀ ਕਿ ਗੱਲਾਂ ਕਰਦੇ ਨੇ ਕਿ ਬਾਕੀ ਦੋਸਤੋ ਅੰਦਰ ਦੀ ਕੰਡੀਸ਼ਨ ਗੱਡੀ ਦੀ ਤੁਹਾਨੂੰ ਦੱਸਨੇ ਆ ਮਾਡਲ ਹੈ ਜੀ 2000 ਮੈਸੀ ਦੋਸਤ ਚਾਲੀ ਨੱਕਾ ਜਿਹੜਾ ਗੱਡੀ ਦਾ ਸਾਫ਼ ਵਲੈਤੀ ਵਲੈਤੀ ਬਾਕੀ ਜਿਹੜੀ ਗੱਡੀ ਹੈ ਦੇਣੀ ਮਾ ਯਾਨੀ ਕਿ ਮਾਲਕਾ ਨੇ ਬੰਦ ਬੰਦਾ ਕਿਉਂ ਜੋ ਉਹਨਾਂ ਦਾ ਆਖਣਾ ਹੈ ਕਿ ਗੱਡੀ ਹੈ ਵਲੈਤੀ ਲੇਕਿਨ ਅਸੀਂ ਬੰਦ ਬੰਦ ਦੇਣੀ ਹੈ ਤੇ ਇੰਜਣ ਜਿਹੜਾ ਗੱਡੀ ਦਾ ਨਵਾਂ ਆਇਆ ਬਿਲਕੁਲ ਕਿਸੇ ਕਿਸਮ ਦਾ مثلا ਨਵਾਂ ਕਰਾਇਆ ਮਾਲਕ ਨੇ ਇੰਜਣ ਸਲਫਟ ਸਟਾਰਟ ਜੈਨੂਨ ਸਲਫਟ ਸਟਾਰਟ ਗੱਡੀ ਕਿਸੇ ਕਿਸਮ ਦਾ ਸਲਫ ਪਿਛ ਮਸਲਾ ਨਹੀਂ ਤੇ ਕਾਪੀ ਕਾਗਜ਼ ਦੀ ਗੱਲ ਕਰੀਏ ਦੋਸਤੋ ਕਾਗਜ਼ ਕਾਪੀ ਜਿਹੜੇ ਨੇ ਗੱਡੀ ਦੇ ਕਲਿਆਰ ਨੇ ਕਿਸੇ ਕਿਸਮ ਦਾ ਨੰਬਰਾਂ 'ਚ ਕੋਈ ਰੋਲਾ ਨਹੀਂ ਨੰਬਰ ਗੱਡੀ ਨੂੰ ਲੱਗਿਆ ਬਾਵਲਪੁਰ ਦਾ ਤੇ ਕਾਪੀ ਜਿਹੜੀ ਹੈ ਕੈਸ਼ ਦੀ ਕਾਪੀ ਮੁਕੰਮਲ ਹੈ ਯਾਨੀ ਕਿ ਕੈਸ਼ ਤੇ ਜਿਹੜਾ ਨਾ ਕਾਗਜ਼ ਕੈਸ਼ ਦਾ ਟਰੈਕਟਰ ਆਇਆ ਸੀ ਅਕੀਸ ਦੀ ਲੋਕੇਸ਼ਨ ਜਿਹੜੀ ਹੈ ਜ਼ਿਲ੍ਹਾ ਟੋਬਾ ਤੇ ਡਿਮਾਂਡ ਜਿਹੜੀ ਹੈ ਮਾਲਕ ਕਰ ਰਹੇ ਨੇ 10 ਲੱਖ ਤੇ 25000 ਰੁਪਏ ਮੌਕੇ ਤੇ ਪਿਆਰ ਮੁਹਬਤ ਹੋ ਸਕਦੀ ਹੈ ਨੰਬਰ ਵੀਡੀਓ ਦੇ ਵਿੱਚ ਮੌਜੂਦ ਹੈ ਜਿਸ دوست ਨੂੰ ਚਾਹੀਦਾ ਹੋਵੇ ਰਾਬਤਾ ਕਰ ਸਕਦਾ ਉਮੀਦ ਕਰਨਾ ਦੋਸਤੋ ਵੀਡੀਓ ਤੁਹਾਨੂੰ ਪਸੰਦ ਆਈ ਹੋ ਜੇਕਰ ਰੋਜ਼ਾਨਾ ਐਸੀ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਉਣ ਵਾਲੀ ਵੀਡੀਓ ਤੱਕ ਆਪਣੇ ਦੋਸਤ ਵੇਦ ਸਰਗਨ ਨੂੰ ਦਿਓ ਇਜਾਜ਼ਤ ਤੁਹਾਨੂੰ ਵਿੱਚ ਯਾਦ ਰੱਖਣਾ ਅੱਲਾਹ ਹਾਫਿਜ਼